ਉਹ ਹਾਂ ਵੀ ਅੱਜ ਕਹਿੰਦਾ ਕਿਵੇਂ ਥਾਣੇ 'ਚ, ਕਹਿੰਦਾ ਸਰ ਜੀ ਚੋਰ ਸਾਡੇ ਨੇ ਚੋਰੀ ਕਰਕੇ ਸਾਰਾ ਕੁਝ ਨੇ ਹੂਟ ਕੇ ਧਰ ਕੇ ਭਾਂਡੇ ਵੀ ਨਹੀਂ ਛੱਡੇ, ਉਹਨਾਂ ਸੂਟ ਦੇ ਗਹਿਣੇ ਕੱਢੇ, ਉਹਨਾਂ ਘਰਵਾਲੀ ਦੀ ਸੁਰਖੀ ਦਿੰਦੀ, ਉਹ ਵੀ ਫਿਰਦੀ ਗਾਲਾਂ ਦਿੰਦੀ, ਬੱਠਲ ਬਾਲਟੀ ਕੱਲ੍ਹ ਸਲੀਤਾ ਆਟੇ ਵਾਲਾ ਨਾਲੇ ਪੀਪਾ ਚਾਹ ਵਾਲੀ ਥਰਮੋਸ਼ ਤੇ ਕੜਛੀ, ਉਹ ਵੀ ਹਾਲੇ ਨਹੀਂ ਸੀ ਵਰਤੀ, ਕੰਮ ਥੋੜ੍ਹਾ ਜਿਹਾ ਛੇਤੀ ਦਾ ਹੈ, ਲੱਗਦਾ ਕਿ ਭੇਤੀ ਦਾ ਹੈ। ਉਹ ਕਹਿੰਦਾ ਯਾਰ ਤੂੰ ਕੰਮ ਦੱਸ, ਕਹਿੰਦਾ ਸੰਭਾਲ ਕੇ ਰੱਖਿਆ ਕਰੋ, ਪੁਲਿਸ ਵਿਹਲੀ ਆ ਤੁਹਾਡੇ ਨਾ ਸਮਾਨ ਲਈ, ਕਹਿੰਦਾ ਮੁਨਸ਼ੀ ਤੁਸੀਂ ਲਿਖ ਲਓ ਪਰਚਾ, ਜੋ ਬਣੂ ਮੈਂ ਦੇ ਦੂੰ ਖਰਚਾ, ਪਰ ਤੁਸੀਂ ਇਹ ਫੜ ਲਓ ਬੰਦੇ ਕਰਦੇ ਜਿਹੜੇ ਮਾੜੇ ਧੰਦੇ, ਜੁੱਤੀ ਚੱਪਲਾਂ ਤੇ ਜਰਾਬਾਂ ਸਭ ਕੁਝ ਲੈ ਗਏ, ਵਾਂਗ ਨੂੰ ਆਪਾਂ ਕੁੱਤਿਆਂ ਵਾਲੀ ਬੋਰੀ ਲੈ ਗਏ, ਸਮਾਨ ਉਹਦੇ 'ਚ ਪਾ ਕੇ ਲੈ ਗਏ, ਚਟਨੀ ਵਾਲਾ ਕੁੰਡਾ ਲੈ ਗਏ, ਫੇਰ ਕੇ ਸਾਰਾ ਹੁੰਝਾ ਲੈ ਗਏ, ਜਵਾਕਾਂ ਵਾਲੇ ਪੋਤੜੇ ਤੋਂ ਉੱਤੇ ਰੁਮਾਲ ਸਮਝ ਕੇ ਲੈ ਗਏ ਖੋਤੇ। ਕਹਿੰਦਾ ਯਾਰ ਤੂੰ ਐਂ ਦੱਸ ਸਮਾਨ ਕਿੰਨੇ ਕੁ ਦਾ ਸੀ, ਕਹਿੰਦਾ 2.5 ਲੱਖ ਦਾ ਸੀ ਜਨਾਬ, ਲਾ ਕੇ ਦੱਸਦਾ ਮੈਂ ਹਿਸਾਬ, LED ਪੂਰੇ 32 ਦੀ ਸੀ, ਫਰਿੱਜ ਕਿਸ਼ਤਾਂ 'ਤੇ ਚੱਕੀ ਸੀ, ਕੰਪਿਊਟਰ ਸੀ 30,000 ਹੀ ਉਹਦੀ ਵੀ, ਉਹਨਾਂ ਲਾਤੀ ਵਾਰੀ, ਫੋਨ ਸਾਡਾ ਕੈਪਲ ਸੀ ਜੀ, ਵਧੀਆ ਰੇਂਜਰ ਸਾਈਕਲ ਸੀ ਜੀ, ਲੈਪਟਾਪ ਵਿੱਚ ਬੈੱਡ ਪਿਆ ਸੀ ਉਹ ਵੀ ਉਹਨਾਂ ਕੱਢ ਲਿਆ ਜੀ, ਘਰਵਾਲੀ ਦੇ ਸੈਂਡਲ ਸੀ ਜੀ, ਇੱਕ ਸਾਈਕਲ ਦਾ ਹੈਂਡਲ ਸੀ ਜੀ, ਬੋਤਲ ਇੱਕ ਸੀ ਦਾਰੂ ਵਾਲੀ ਉਹ ਵੀ ਉਹਨਾਂ ਕੰਜਰਾਂ ਪਾਲੀ, ਕੁੱਤਿਆਂ ਵਾਲੀ ਸੰਗਲੀ ਸੀ ਜੀ ਉਹ ਵੀ ਸਾਡੀ ਮੰਗਣੀ ਸੀ ਜੀ। ਕਹਿੰਦਾ ਹੋਰ ਦੱਸ, ਕਹਿੰਦਾ ਕਹਿੰਦਾ ਦਾਤੀ ਫਰੇ ਤੋਂ ਪੱਖੇ ਸੀ ਜੀ, ਬੜੇ ਸਾਂਭ ਕੇ ਰੱਖੇ ਸੀ ਜੀ, ਗੈਸ ਸਿਲੰਡਰ ਚੁੱਲ੍ਹਾ ਨਾਲੇ ਤੋੜ ਦਿੱਤੇ ਸਭ, ਜਿੰਦੇ ਤਾਲੇ ਬਾਹਰ ਵੱਲੋਂ ਸਭ ਲਾਹ ਕੇ ਲੈ ਗਏ, ਬੂਟ ਧੋਤੇ ਮੇਰੇ ਪਾ ਕੇ ਲੈ ਗਏ, ਕੋਲਗੇਟ 'ਤੇ ਦੁੱਧ ਵਧਾਉਣੀ ਕੀ ਦੱਸਾਂ ਮੈਂ ਆਰਾਮ ਕਹਾਣੀ, 4 ਕਿਲੋ ਸੀ ਕੱਢਿਆ ਖੋਇਆ ਉਹ ਵੀ ਉਹਨਾਂ ਕੰਜਰਾਂ ਢੋਇਆ, ਚਾਹ ਲਈ ਜਿਹੜਾ ਦੁੱਸੀ ਰੱਖਿਆ ਉਹ ਵੀ ਉਹਨਾਂ ਚੋਰਾਂ ਡੱਫਿਆ, ਕੋਈ ਨਹੀਂ ਛੱਡਿਆ, ਸਭ ਕੁਝ ਲੈ ਗਏ, ਮੈਨੂੰ ਤਾਂ ਵਿੱਚ ਚੱਕਰਾਂ ਪਾ ਕੇ। ਕਹਿੰਦਾ ਹੋਰ, ਕਹਿੰਦਾ ਜੀ ਆਦੇ ਅੰਬ ਦੇ 4 ਦਾ ਡੱਬਾ, ਫਲੱਛ ਵਾਲਾ ਇੱਕ ਲੋਹੇ ਦਾ ਡੱਬਾ, ਉਹ ਕਹਿੰਦਾ ਕੰਜਰਾ ਤੂੰ ਤਾਂ ਜਮਾਂ ਹੀ ਬੇੜਾ ਗਰਕ ਕਰਤਾ, ਕਹਿੰਦਾ ਆਖੇ ਤੂੰ ਨਵਾਂ ਪਤਾ ਲਗਾ ਤੇ ਜਾ, ਕਹਿੰਦਾ ਕਹਿੰਦਾ ਲਿਖੋ ਜੀ ਸ਼ਮਸ਼ੇਰ ਮੱਲੀ ਪਿੰਡ ਫੂਲ ਟਿਕਾਣਾ ਪਾਰਕ ਬਾਗ ਦੇ ਮਗਰ ਦੀ ਜਾਣਾ, ਫੋਨ ਨੰਬਰ ਵੀ ਦੱਸਾਂ ਸਰ ਜੀ, ਆਉਣ ਲੱਗੇ ਜਾਂ ਦੇਣਾ ਕਰ ਜੀ, 90-565 ਹੈਗੇ ਬਾਹਰ ਤੇ 524 ਲੱਗੇ ਦਿਓ ਜਾਇ ਤਾਂ ਹੁਣ ਮੈਂ ਜਾਵਾਂ, ਪਤਾ ਨਹੀਂ ਮੈਨੂੰ ਮੁੜ ਕੇ ਆਉਣਾ। ਉਹ ਕਹਿੰਦਾ ਮੁੜ ਕੇ ਨਹੀਂ ਆਉਣਾ ਪੈਂਦਾ ਯਾਰ, ਤੂੰ ਸਾਡਾ ਚਾਹ ਪਾਣੀ ਕਰ ਤੇ ਜਾ, ਕਹਿੰਦਾ ਕਹਿੰਦਾ ਸਰ ਜੀ 100 ਰੁਪਏ ਕੋਲ ਨੇ ਮੇਰੇ, ਕੋਈ ਰੱਖ ਲਓ, ਕੋਈ ਮੋੜ ਦਿਓ, ਮੇਰੇ ਹੁੰਦੇ ਫਿਕਰ ਨਾ ਕਰਿਓ, ਖੁੱਲ੍ਹੇ ਖਰਚੇ ਰੱਜ ਕੇ ਕਰਿਓ, ਲੋੜ ਪਈ ਤਾਂ ਫਿਰ ਦੱਸ ਦਿਓ, ਕੰਮ ਵਾਲੇ ਪਰਪੱਟੇ ਚੱਕ ਦਿਓ, ਪੈਸੇ ਨੇ ਕਿਹੜਾ ਨਾਲ ਹੈ ਜਾਣਾ, ਬਣਿਆ ਰਹੇ ਜੇ, ਆਉਣਾ ਜਾਣਾ ਚੰਗਾ ਜੀ, ਹੁਣ ਮੈਂ ਹੈ ਚੱਲਦਾ ਕੁਝ ਨਹੀਂ ਪੀਤਾ ਖਾਧਾ, ਕੱਲ੍ਹ ਦਾ ਚੰਗਾ, ਸਤਿ ਸ਼੍ਰੀ ਅਕਾਲ ਜਨਾਬ, ਬਾਕੀ ਮਗਰੋਂ ਕਰਾਂਗੇ ਸਾਹਿਬ ਜੀ।